ਦੋਸਤੋ, ਅੱਜ ਮੈਂ ਤੁਹਾਨੂੰ ਅੰਮ੍ਰਿਤਾ ਪ੍ਰੀਤਮ ਜੀ ਦੀ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ, ਜਿਸ ਦਾ ਸਿਰਲੇਖ ਹੈ ਧੂੰਆਂ। ਅਤੇ ਅੰਮ੍ਰਿਤਾ ਪ੍ਰੀਤਮ ਜੀ ਨੇ ਇਸ ਦੇ ਆਖਿਰ ਵਿੱਚ ਲਿਖਿਆ ਹੈ ਕਿ ਇਹ ਕਵਿਤਾ ਇੱਕ ਮਜ਼ਦੂਰ ਦੀ ਪਤਨੀ ਦੀ ਕਵਿਤਾ ਹੈ, ਜੋ ਉਸਦਾ ਪਤੀ, ਜੋ ਕਿ ਮਜ਼ਦੂਰ ਹੈ, ਕੰਮ ਕਰਦਾ ਹੈ ਕਿਸੇ ਫੈਕਟਰੀ ਵਿੱਚ। ਤਾਂ ਉਹ ਚੰਦ ਲਾਈਨਾਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲਿਖੀਆਂ ਹਨ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ। ਸੁਣਨਾ ਜ਼ਰਾ। ਧੂੰਆਂ ਸੂਰਜ ਦੀ ਲੋ ਜਦੋਂ ਬੱਤੀ ਦੇ ਧੂੰਏ ਵਾਂਗ ਕਿਧਰੇ ਉੱਡ ਜਾਂਦੀ ਸੀ, ਤਾਂ ਬਾਕੀ ਸੰਧਿਆ ਇੱਕ ਧੂੰਆਂ ਹੀ ਧੂੰਆਂ ਪਿੱਛੇ ਰਹਿ ਜਾਂਦੀ ਸੀ। ਤੂੰ ਸਾਰੇ ਦਿਨ ਪਿੱਛੋਂ ਚਟਾਨਾਂ ਵਰਗੀ ਛਾਤੀ ਅਤੇ ਖੰਭਿਆਂ ਵਰਗੇ ਡੋਲਿਆਂ ਦੀ ਮਿਹਨਤ ਦੇ ਕੇ ਅਤੇ ਉਸਦੇ ਬਦਲੇ ਚਿਮਨੀ ਦਾ ਧੂੰਆਂ ਪੱਲੇ ਵਿੱਚ ਲੈ ਕੇ ਉਸ ਧੂੰਏ ਵਰਗੀ ਸੰਧਿਆ ਵਿੱਚ ਜਦ ਘਰ ਸਹਿ ਆਉਂਦਾ, ਤਾਂ ਚਿਮਨੀ ਦਾ ਧੂੰਆਂ ਤਾਂ ਤੇਰੇ ਸਾਹਾਂ ਦਾ ਧੂੰਆਂ ਸੀ ਇੱਕ ਹੋ ਗਿਆ ਲੱਗਦਾ। ਚਟਾਨਾਂ ਵਰਗੀ ਛਾਤੀ, ਤੇਰੇ ਖੰਭਿਆਂ ਵਰਗੇ ਡੋਲੇ, ਜਿਨ੍ਹਾਂ 'ਤੇ ਉਸਰੇ ਬਿੱਲਾਂ ਦੇ ਕੋਲੇ, ਉਮਰ ਲੰਘ ਗਈ ਹੈ ਪਰ ਕਿਸੇ ਵੀ ਮੇਲ ਦੀ ਅਤੇ ਕਿਸੇ ਵੀ ਚਿਮਨੀ 'ਚੋਂ ਜਦ ਧੂੰਆਂ ਉੱਠਦਾ, ਤਾਂ ਹੁਣ ਵੀ ਮੈਨੂੰ ਤੇਰਾ ਸਾਹ ਚਿਮਨੀ ਦੇ ਧੂੰਏ ਵਿੱਚ ਰਲਿਆ ਹੋਇਆ ਲੱਗਦਾ। ਉਦੋਂ ਤੇਰੇ ਸਾਹ ਵਿੱਚੋਂ ਉਹ ਧੂੰਆਂ ਸੀ ਆਉਂਦਾ, ਅਤੇ ਹੁਣ ਉਸ ਧੂੰਏ 'ਚੋਂ ਤੇਰਾ ਸਾਹ ਆਉਂਦਾ। ਇੱਕ ਮਜ਼ਦੂਰ ਦੀ ਪਤਨੀ। ਧੰਨਵਾਦ ਦੋਸਤੋ।